ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਚੈਨਲ ਆਪਣੇ 'ਤੇ ਨਵੇਂ ਨੇ, ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਾ ਬੈਲ ਬਟਨ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ, ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈਗੀ ਆ, ਪਿੰਡ ਕੁਰੇਸ਼ੀਆਂ ਹੈਗਾ ਦੋਸਤੋ, ਤਹਿਸੀਲ ਭੋਗਪੁਰ ਅਤੇ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ। ਜਲੰਧਰ ਤੋਂ ਦੋਸਤੋ ਇਸ ਪਿੰਡ ਦੀ ਦੂਰੀ 30 ਕਿਲੋਮੀਟਰ ਦੀ ਹੈਗੀ ਆ। ਬਿਲਕੁਲ ਟਾਂਡਾ ਸ਼ਹਿਰ ਜਿਹੜਾ ਨਜ਼ਦੀਕ ਹੈਗਾ, ਟਾਂਡੇ ਸ਼ਹਿਰ ਤੋਂ ਦੋਸਤੋ ਜਲੰਧਰ ਸ਼ਹਿਰ ਵੱਲ ਜਿਹੜਾ ਹਟਵਾਂ 10 ਕਿਲੋਮੀਟਰ ਪਿੱਛੇ ਇਹ ਪਿੰਡ ਰਹਿ ਜਾਂਦਾ। ਜਲੰਧਰ ਤੋਂ ਦੋਸਤੋ ਤਕਰੀਬਨ ਪਠਾਨਕੋਟ ਜੰਮੂ ਰੋਡ ਦੇ ਉੱਪਰ ਦੋਸਤੋ ਇਹ ਪਿੰਡ ਹੈਗਾ। ਵੀਰ ਦਾ ਜਿਹੜਾ ਕੰਮ ਹੈਗਾ ਦੋਸਤੋ ਡੇਅਰੀ ਫਾਰਮਿੰਗ ਦਾ ਹੈਗਾ, ਕੋਈ ਵਪਾਰ ਲਾਈਨ ਦਾ ਜਿਹੜਾ ਕੰਮ ਨਹੀਂ ਹੈਗਾ ਗਾ। ਪਸ਼ੂ ਦੋਸਤੋ ਜਿਹੜੇ ਵੀਰ ਹੋਣਾ ਦੇ ਘਰ ਦੇ ਰੱਖੇ ਹੋਏ ਇਸ ਕਿੱਲੇ ਦੇ ਉੱਪਰ ਤੁਹਾਨੂੰ ਮਿਲਣਗੇ। ਅਤੇ ਆਪਣੀ ਜਿਹੜੀ ਵੀਡੀਓ ਹੈਗੀ ਦੋਸਤੋ, ਅੱਜ ਦੂਜੀ ਤੀਜੀ ਵੀਡੀਓ ਜਿਹੜੀ ਆਪਾਂ ਇਸ ਘਰ ਤੋਂ ਪਾ ਰਹੇ ਹਾਂ। ਵਧੇਰੇ ਗੱਲਬਾਤ ਜਿਹੜੀ ਆ ਪਸ਼ੂ ਸੇਲ ਹੈਗੇ ਦੋਸਤੋ, ਵਧੇਰੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਆ। ਇੱਕ ਵਾਰੀ ਤੁਹਾਨੂਂ ਜਿਹੜੇ ਪਸ਼ੂ ਆਪਾਂ ਦਿਖਾ ਦਿੰਦੇ ਹਾਂ ਦੋਸਤੋ, ਜਿਹੜੇ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ, ਪੂਰੀ ਨੀਲੀ ਰਵੀ ਦੀ ਝੋਟੀ ਹੈਗੀ ਆ, ਪਿਓਰ ਬਹੁਤ ਖੂਬਸੂਰਤ ਝੋਟੀ ਦਿਖਾਵਾਂਗੇ। ਪੂਰੀ ਜਾਣਕਾਰੀ ਆਪਾਂ ਇਸ ਝੋਟੀ ਦੀ ਵੀ ਵੀਰ ਦੇ ਕੋਲੋਂ ਲਵਾਂਗੇ। ਇੱਕ ਪੂਰੀ ਲਾਲ ਪੂਰੀ ਜਿਹੜੀ ਹੈਗੀ ਦੋਸਤੋ, ਮੱਝ ਆ, ਤਾਜ਼ੀ ਸੂਈ ਆ, ਕੀ ਡਿਟੇਲ ਹੈਗੀ ਆ, ਮਗਰ ਬੱਚਾ ਕੀ ਆ, ਪੂਰੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਹੋਰ ਵੀਰ ਜੀ ਠੀਕ ਠਾਕ? ਹਾਂਜੀ ਹਾਂਜੀ ਬਾਈ ਜੀ ਠੀਕ ਆ। ਵੀਰ ਇੱਕ ਆਪਣਾ ਨਾਮ ਆਪਣੇ ਭੈਣ ਭਰਾਵਾਂ ਵੀਰਾਂ ਨੂੰ ਜ਼ਰੂਰ ਦੱਸ ਦਿਓ। ਮੇਰਾ ਨਾਮ ਗੁਰਮੀਤ ਸਿੰਘ ਜੀ। ਗੁਰਮੀਤ ਵੀਰੇ, ਆਪਣੇ ਪਸ਼ੂ ਮੈਂ ਜਿੱਦਾਂ ਦੱਸਿਆ ਵੀ ਘਰ ਦੇ ਪਸ਼ੂ ਹੀ ਆ ਸਾਰੇ। ਹਾਂਜੀ ਹਾਂਜੀ ਬਾਈ ਜੀ। ਅਤੇ ਅੱਜ ਪਸ਼ੂ ਆਪਣੇ ਕੋਲ ਕਿੰਨੇ ਨਗ ਸੇਲ ਹੈਗੇ ਆ ਜੀ? ਬਾਈ ਜੀ ਅੱਜ 2 ਆ ਜੀ। ਠੀਕ ਆ ਜੀ। ਅਤੇ ਜੇਕਰ ਵੀਰ ਗੁਰਮੀਤ ਸਿੰਘ ਜੀ, ਆਪਾਂ ਪਹਿਲੇ ਨੰਬਰ 'ਤੇ ਜਿਹੜੀ ਇਹ ਝੋਟੀ ਖੜ੍ਹੀ ਆ, ਨੀਲੀ ਰਾਵੀ ਦੀ ਝੋਟੀ ਆ ਵੀਰ ਜੀ, ਇਹਦੇ ਬਾਰੇ ਪਾਈਏ ਚਾਨਣਾ ਆਪਣੇ ਵੀਰਾਂ ਨੂੰ ਦੱਸੀਏ ਵੀ ਇਹ ਕੀ ਹਿਸਾਬ ਕਿਤਾਬ ਆ, ਕਿੰਨਵਾਂ ਸੂਆ ਅੱਗੇ ਸੂਣ ਲਈ ਬਣੀ ਆ ਜਾਂ ਕਿਵੇਂ ਆ? ਇਹ ਬਾਈ ਜੀ ਦੂਜੇ ਸੂਏ ਸੁਣੀ ਆ। ਅੱਛਾ ਜੀ। ਅਤੇ ਹਾਲੇ ਬਣੀ ਨਹੀਂ ਹੈਗੀ, ਮਤਲਬ ਕਿ ਹਫ਼ਤੇ ਕੁ ਦਾ ਇਹਦੇ ਨਾ ਟੀਕਾ ਭਰਾਇਆ, ਹਫ਼ਤਾ ਹੋਇਆ ਟੀਕਾ ਭਰਾਇਆ, ਹਫ਼ਤਾ ਕੁ ਹੋ ਗਿਆ ਟੀਕਾ ਭਰਾਏ ਨੂੰ। ਹਾਂਜੀ ਹਾਂਜੀ। ਅਤੇ ਤਕਰੀਬਨ ਵੀਰ ਜੀ ਪਹਿਲੇ ਸੂਏ ਦਾ ਕੀ ਮਿਲਕ ਰਿਕਾਰਡ ਰਿਹਾ? ਪਹਿਲੇ ਸੂਏ ਨੇ ਬਾਈ ਜੀ 8 ਤੋਂ 10 ਕਿਲੋ ਦੁੱਧ ਦਿੱਤਾ। ਮਤਲਬ ਪਹਿਲਾਂ ਝੋਟੀਆਂ ਕੁਛ ਦਿੰਦੀਆਂ ਦੁੱਧ? ਝੂਟੀ ਮਾਰੀ ਤਾਂ 8 ਤੋਂ 9-10 ਕਿਲੋ ਇਹਨਾਂ ਗੋਬਰ। ਠੀਕ ਆ। ਅਤੇ ਇੱਕ ਵੀਰ ਇਹਦੀ ਮਦਰ ਵੀ ਆਪਣੇ ਕੋਲ ਰਹੀ ਹੈਗੀ ਆ? ਹਾਂਜੀ ਬਾਈ ਜੀ, ਉਹ ਸੇਲ ਕਰਤੀ ਸੀ। ਸੇਲ ਕਰਤੀ ਸੀ? ਕਿੰਨਾ ਕੁ ਵੀਰ ਜੀ ਚਵਾਇਆ ਦੁੱਧ? ਉਹਨੇ ਬਾਈ ਜੀ ਵੱਧ 14 ਕਿਲੋ ਦਵਾਇਆ। 14 ਕਿਲੋ? ਹਾਂਜੀ। ਅਤੇ ਮੂੰਹੋਂ ਵੀਰ ਜੀ ਜੇਕਰ ਆਪਾਂ ਦੱਸੀਏ ਦੇ ਬਾਰੇ, ਮੂੰਹੋਂ ਕਿੰਨੇ ਦੰਦ ਹੈਗੇ ਆ? ਬਾਈ ਜੀ ਇਹ ਮੂੰਹੋਂ 6 ਦੰਦ ਆ ਜੀ। ਠੀਕ ਆ। 6 ਦੰਦ ਆ ਦੋਸਤੋ, ਮੂੰਹੋਂ ਛਿੱਗੀ ਆ ਉਹਦਾ ਬਾਈ ਜੀ, ਬਿਲਕੁਲ ਸੀਲ ਠੰਡੀ ਆ। ਹਾਂਜੀ, ਉਹ ਤਾਂ ਥੋੜ੍ਹਾ ਜਿਹਾ ਹੁਣ ਆਪਣਾ ਬਿਲਕੁਲ ਥੋੜ੍ਹੀ ਵਧੀਆ ਆ। ਠੀਕ ਆ ਵੀਰ ਜੀ। ਅਤੇ ਦੋਸਤੋ ਮੂੰਹੋਂ 6 ਦੰਦ ਆ, ਬਿਲਕੁਲ ਤੁਸੀਂ ਜਿਹੜਾ ਦੇਖ ਸਕਦੇ ਹੋ ਤਸੱਲੀ ਦੇ ਨਾਲ। ਆਹ ਲਓ ਜੀ, ਕੰਨੀ ਵਾਲੇ ਦੰਦ ਹਜੇ ਦੋਸਤੋ ਪੱਟੇ ਨਹੀਂ ਹੈਗੇ ਗੇ ਝੋਟੀ ਨੇ। ਅਤੇ ਅੱਖ ਜਿਹੜੀ ਹੈਗੀ ਦੋਸਤੋ, ਮਨਕੀ ਅੱਖ ਹੈਗੀ ਆ, ਕੋਲਿਆਂ ਦੇ ਵਿੱਚ ਲਾਲੀ, ਬਿਲਕੁਲ ਜਿਹੜੀ ਬਰੀਡ ਦੇ ਵਿੱਚ ਪ੍ਰੋਪਰ ਜਿਹੜੀ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਸਿੰਗਾਂ ਦੀ ਬਣਤਰ ਵੇਖੋਗੇ ਦੋਸਤੋ, ਕੱਦ ਕਾਠ ਹਾਈਟ ਦੇ ਨਾਲ ਬਹੁਤ ਵਧੀਆ ਜਿਹੜੀ ਮੈਚਿੰਗ ਇਸ ਸਿੰਗਾਂ ਦੀ ਹੈਗੀ ਇਸ ਝੋਟੀ ਦੇ। ਬਾਕੀ ਜਿਹੜੇ ਪੈਰ ਧੁੱਪੇ ਹੈਗੇ ਦੋਸਤੋ, ਪੈਰ ਧੁੱਪੇ ਨੇ ਝੋਟੀ ਦੇ, ਉਹ ਤੁਸੀਂ ਵੇਖ ਲਓ, ਮੂਹਰਲੇ ਪੈਰ ਅਤੇ ਪਿਛਲੇ ਪੈਰ ਜਿਹੜੇ ਦੋਸਤੋ ਬਿਲਕੁਲ ਬਰਾਬਰ ਜੇ ਤੁਹਾਨੂੰ ਮਿਲਣਗੇ, ਕੋਈ ਵਾਧੂ ਘਾਟੂ ਨਿਸ਼ਾਨ ਤੁਹਾਨੂੰ ਇਸ ਝੋਟੀ ਦੇ ਵਿੱਚ ਨਜ਼ਰ ਨਹੀਂ ਆਊਗਾ। ਅਤੇ ਬਿਲਕੁਲ ਹੁਣ ਡਰਾਈ ਚੱਲਦੀ ਪਈ ਆ, ਅਤੇ ਜਿਹੜਾ ਸਮਾਂ ਹੋ ਗਿਆ ਦੋਸਤੋ ਏ ਆਈ ਕਰਵਾਈ ਨੂੰ, ਬਾਈ ਹੋਰਾਂ ਦੱਸਦਾ ਵੀਰੇ, ਇੱਕ ਹਫ਼ਤਾ ਹੋ ਗਿਆ ਨਾ? ਹਾਂਜੀ ਹਫ਼ਤਾ ਹੋ ਗਿਆ, ਹਫ਼ਤਾ ਹੋ ਗਿਆ ਦੋਸਤੋ। ਅਤੇ ਬਾਕੀ ਤੁਸੀਂ ਆਪਣੀ ਸੋਚ ਸਮਝ ਦੇ ਹਿਸਾਬ ਨਾਲ ਜਿਹੜੀ ਝੋਟੀ ਪਾਸ, ਹਾਂਜੀ ਬਾਈ ਜੀ,
ਥੋੜੀ ਇੱਕ ਮਜਬੂਰੀ ਕਰਕੇ ਝੋਟੀ ਵੇਚਣੀ ਪਈ ਆਪਾਂ ਨੂੰ ਜੀ, ਨਹੀਂ ਤਾਂ ਅਦਰਵਾਈਜ਼ ਇਹ ਝੋਟੀ ਆਪਾਂ ਵੇਚਣੀ ਨਹੀਂ ਸੀਗੀ ਜੀ, ਤੇ ਇਹਦਾ ਪਿਛਲੇ ਸੂਏ ਵਧੀਆ ਦੁੱਧ ਇਹਨੇ ਦਿੱਤਾ ਆਪਾਂ ਨੂੰ, ਬਲ ਠੰਡੀ ਸੀ ਪੂਰੀ ਆ। ਪਰ ਤੁਸੀਂ ਦੱਸਿਆ ਵੀ 9 10 ਦਰਮਿਆਨ ਚੱਲੀ ਆ ਪਹਿਲਾਂ ਜੀ, ਐਤਕੀ ਤਾਂ ਪਲੱਸ ਇਹਨੇ ਕਰਨਾ ਦੁੱਧ ਟੀਕਾ ਦਾ ਵਧੀਆ ਭਰਾਇਆ ਹੋਇਆ, ਵਧੀਆ ਸੀਮਨ ਭਰਾਇਆ। ਨੀਲੀ ਰਾਵੀ ਦਾ ਕਿ ਸੀਮਨ ਭਰਾਇਆ ਜੀ ਇਹ? ਹਾਂਜੀ ਬਾਈ ਜੀ, ਨੀਲੀ ਰਾਵੀ ਦੇ ਭਰਾਇਆ। ਤੁਸੀਂ ਰੇਟ ਵੀਰ ਉਹਨਾਂ ਨੇ ਡਿਮਾਂਡ ਕਰ ਦਿੱਤੀ ਆ ਦੋਸਤੋ, ਬਾਕੀ ਜਿਹੜਾ ਘਰਿਆਂ ਦਾ ਮਾਣ ਤਾਣ ਹੈਗਾ ਉਹ ਜ਼ਰੂਰ ਕੀਤਾ ਜਾਵੇਗਾ, ਕਿਉਂਕਿ ਪਸ਼ੂ ਜਦੋਂ ਤੁਸੀਂ ਕੋਈ ਸ਼ੌਕੀਨ ਪਸ਼ੂ ਲੈਣ ਆਉਂਦੇ ਹੋ ਤਾਂ ਦੋਸਤੋ ਜਿਹੜਾ ਮਾਣ ਤਾਣ ਉਹ ਵੀ ਨਾਲ ਦੀ ਨਾਲ ਦੋਸਤੋ ਬਰਾਬਰ ਜ਼ਰੂਰ ਕੀਤਾ ਜਾਂਦਾ। ਬਾਕੀ ਬਹੁਤ ਖੂਬਸੂਰਤ ਜਿਹੜੀ ਝੋਟੀ ਆ ਦੋਸਤੋ, ਕੋਈ ਸ਼ੱਕ ਨਹੀਂ ਹੈਗਾ ਗਾ, ਆ ਬਿਊਟੀ ਦੇ ਵਿੱਚ ਦੋਸਤੋ, ਬਿਲਕੁਲ ਬਿਊਟੀ ਦੇ ਵਿੱਚ ਵੇਖੋਗੇ, ਬਹੁਤ ਹੀ ਖੂਬਸੂਰਤ ਇਸ ਨੂੰ ਆਪਾਂ ਝੋਟੀ ਕਹਾਂਗੇ। ਪੂਰੀ ਨੀਲੀ ਰਾਵੀ ਦੀ ਝੋਟੀ ਅੱਜ ਆਪਾਂ ਤੁਹਾਨੂੰ ਵਿਖਾਈ ਹੈਗੀ ਆ, ਇੱਕ ਵਾਰੀ ਆਪਾਂ ਖੋਲ੍ਹ ਕੇ ਇਹਨੂੰ ਤੋਰ ਕੇ ਵਿਖਾ ਦਿੰਦੇ ਹਾਂ। ਤੋਰ ਲਓ ਜੀ, ਬੋਡੀ ਸਟਰਕਚਰ ਕਿਸਾਨ ਵੀਰੋ ਵੇਖੋਗੇ ਅਤੇ ਪਿੱਠ ਪੂੜਾ ਵੇਖੋਗੇ, ਬਹੁਤ ਵਧੀਆ ਚੰਗੀ ਵਜਨ ਦੇ ਵਿੱਚ ਇਹ ਝੋਟੀ ਆ। ਪਿੱਠ ਪੂੜਾ ਵੇਖੋਗੇ ਦੋਸਤੋ ਅਤੇ ਬਹੁਤ ਖੂਬਸੂਰਤ ਚੰਗੀ ਸਾਂਭ ਸੰਭਾਲ ਦੇ ਵਿੱਚ ਪਲੀ ਹੈਗੀ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਆ ਲਓ ਜੀ, ਹਜੇ ਦੁੱਧੋਂ ਡਰਾਈ ਹੈ ਦੋਸਤੋ, ਇਹ ਤੁਸੀਂ ਜ਼ਰੂਰ ਨੋਟ ਕਰ ਲਿਓ, ਦੁੱਧੋਂ ਡਰਾਈ ਆ। ਤਕਰੀਬਨ ਇੱਕ ਹਫ਼ਤੇ ਦਾ ਮੈਂ ਇੱਕ ਵਾਰੀ ਫਿਰ ਜ਼ਿਕਰ ਕਰ ਦਿੰਦਾ, ਜਿਹੜੇ ਸੰਪਰਕ ਨੰਬਰ ਨੇ ਵੀਰ ਗੁਰਮੀਤ ਸਿੰਘ ਹੋਣਾ ਦੇ, ਉਹ ਸੰਪਰਕ ਨੰਬਰ ਆਪਾਂ ਵੀਡੀਓ ਦੇ ਵਿੱਚ ਲਗਾਤਾਰ ਜਿਹੜੇ ਨੀਚੇ ਵਾਲੇ ਪਾਸੇ 'ਤੇ ਜਿਹੜੇ ਚੱਲਦੇ ਕਰਦੇ ਨੇ ਹੁੰਦੇ ਆ ਦੋਸਤੋ, ਨੰਬਰਾਂ 'ਤੇ ਤੁਸੀਂ ਮਾਲਕ ਨਾਲ ਗੱਲਬਾਤ ਕਰਕੇ ਰੇਟ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ। ਬਾਕੀ ਬਾਈ ਨੂੰ ਅੱਗੋਂ ਪੜਤੇ ਵਿੱਚ ਹੋਵੇਗਾ, ਪੁੱਗੇਗਾ ਜਿਹੜਾ ਦੋਸਤੋ ਸੌਦਾ ਪੁੱਗੇ ਦਾ ਹੁੰਦਾ, ਅਤੇ ਚੰਗੀ ਕੁਆਲਿਟੀ ਦੀ ਝੋਟੀ ਆ ਦੋਸਤੋ। ਆ ਲਓ ਜੀ, ਜੇ ਕਰੈਕਟਰ ਵੇਖੋਗੇ ਦੋਸਤੋ ਤਾਂ ਕਰੈਕਟਰ ਜਿਹੜੇ ਆ ਸੂਹ ਦੇ ਨਿਸ਼ਾਨ ਵੀ ਤੁਹਾਨੂੰ ਮਿਲੇਗਾ। ਆ ਠੀਕ ਹੈ, ਬਣ ਲਈ ਵੀਰ ਜੀ, ਠੀਕ ਆ, ਆ ਜਾਓ ਵੀਰ ਜੀ। ਅਤੇ ਗੁਰਮੀਤ ਵੀਰ ਜੀ ਇੱਕ ਨੰਬਰ ਆਪਣੇ ਬੋਲ ਕੇ ਜ਼ਰੂਰ ਦੱਸ ਦਈਏ। ਇਹ ਬਾਈ ਜੀ 7730 ਹਾਂਜੀ 55945, ਠੀਕ ਹੈ ਜੀ। ਇੱਕ ਹੈਗਾ 9815448545, ਠੀਕ ਆ। ਸੋ ਦੂਜੇ ਨੰਬਰ 'ਤੇ ਵੀਰ ਗੁਰਮੀਤ ਜੀ ਇੱਕ ਆਪਣੇ ਕੋਲ ਜਿਹੜੀ ਮੱਝ ਸੇਲ ਵਾਸਤੇ ਹੈਗੀ, ਬੂਰੀ ਲਾਲ ਬੂਰੀ ਹੈਗੀ ਇਹ ਵੀ, ਹਾਂਜੀ ਹਾਂਜੀ ਬਾਈ ਜੀ। ਅਤੇ ਇਹਦੇ ਬਾਰੇ ਵੀ ਡਿਟੇਲ ਆਪਣੇ ਵੀਰਾਂ ਨਾਲ ਕਰੀਏ ਸਾਂਝੀ, ਵੀ ਇਹ ਕਿੰਨਵਾਂ ਸੂਆ ਸੂਈ ਹੈ? ਇਹ ਬਾਈ ਜੀ ਤੀਜਾ ਸੂਆ ਸੂਈ ਹੈ ਜੀ ਆਪਣੇ ਕੋਲ, ਆਪਾਂ ਪਹਿਲੇ ਸੂਏ ਲਿਆਂਦੀ ਸੀਗੀ ਜੀ। ਅੱਛਾ ਜੀ, ਇਹ ਲਿਆਂਦੀ ਸੀ ਆਪਾਂ ਬਰਨਾਲੇ ਵਾਲੇ ਸਾਈਡ ਤੋਂ ਲੈ ਕੇ ਆਏ ਸੀਗੇ, ਠੀਕ ਹੈ ਜੀ। ਅਤੇ ਹੁਣ ਬਾਈ ਜੀ ਆਪਣੇ ਥੋੜ੍ਹਾ ਇੱਕ ਜਗ੍ਹਾ ਘੱਟ ਕਰਕੇ ਥੋੜ੍ਹਾ ਆਪਾਂ ਮਤਲਬ ਕਿ ਸੇਲ ਕਰਦੇ ਪਏ, ਠੀਕ ਹੈ ਜੀ, ਠੀਕ ਆ। ਅਤੇ ਪਹਿਲੇ ਸੂਏ ਤੁਸੀਂ ਆਪਣੇ ਘਰੇ ਲੈ ਕੇ ਆਉਂਦੀ ਸੀ? ਹਾਂਜੀ ਹਾਂਜੀ, ਪਹਿਲੇ ਸੂਏ ਲੈ ਕੇ ਆਏ ਸੀਗੇ, ਠੀਕ ਹੈ ਜੀ। ਉਦੋਂ ਇਹਦਾ ਵੀ 8 ਤੋਂ 10 ਕਿਲੋ ਦੁੱਧ ਸੀ, ਠੀਕ ਹੈ ਜੀ। ਦੂਏ ਸੂਏ ਨੇ 11 ਕਿਲੋ ਦੁੱਧ, 11-12 ਕਿਲੋ, ਇਸ ਟਾਈਮ ਵੀ ਇੰਨਾ ਮਤਲਬ ਕਿ 13 ਕੁ ਦਊਗੀ 13+ ਕਰ ਦਿਓ, 13+ ਕਰ ਦਿਓ। ਅਤੇ ਸੂਈ ਨੂੰ ਵੀਰੇ ਕਿੰਨੇ ਕੁ ਦਿਨ ਹੋ ਗਏ? ਸੂਈ ਨੂੰ ਬਾਈ ਜੀ ਅੱਜ ਮੇਰੇ ਹਿਸਾਬ ਨਾਲ ਇਹਨੂੰ 8 ਤੋਂ 9 ਦਿਨ ਹੋ ਗਏ। 8 ਤੋਂ 9 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ, ਅਤੇ ਮਗਰ ਕੱਟਾ ਜਿਹੜਾ ਕੱਟਾ ਮੇਲ ਕਾਫ ਆ ਜਿਹੜਾ ਦੋਸਤੋ ਉਹ ਤੁਸੀਂ ਵੇਖ ਸਕਦੇ ਜੀ। ਆ ਲਓ ਜੀ, ਅਤੇ ਬਾਕੀ ਜਿਹੜਾ ਦੋਸਤੋ ਓਨਰ ਦੇ ਕਹਿਣ ਦੇ ਮੁਤਾਬਕ ਹੈਗਾ ਵੀ 13 ਕਿਲੋ ਦੀ ਜਿਹੜੀ ਮਿਲਕਿੰਗ ਆ ਤੁਸੀਂ ਨੋਰਮਲੀ 1-2 ਦਿਨਾਂ ਤੱਕ ਵੀ ਕਰ ਸਕਦੇ ਹੋ, ਬਾਕੀ ਤੁਸੀਂ 2 ਡੰਗ ਦੀ ਘਰੇ ਚਵਾਈ ਵੀ ਕਰ ਸਕਦੇ ਜੀ। ਬਾਕੀ ਵੀਰ ਗੁਰਮੀਤ ਜੀ ਜਿਹੜਾ ਹੁਣ ਮੌਕੇ ਦੀ ਗੱਲ ਕਰੀਏ ਦੁੱਧ ਦੀ, ਕਿੰਨੀ ਚਵਾਈ ਕਰਵਾ ਦੂੰਗੇ? ਮੌਕੇ ਤੇ ਬਾਈ ਜੀ 10 ਤੋਂ ਪਲੱਸ ਕਰਾਉਗੀ ਜੀ ਹੁਣ ਮੌਕੇ ਦੀ, ਮੌਕੇ ਤੇ 10 ਤੱਕ ਕਰਾਉਗੀ। ਹਾਂ 10 ਕਰਵਾ ਦੂਗੀ ਦੋਸਤੋ ਚਵਾਈ, ਤੇ 10 ਤੋਂ ਪਲੱਸ ਵੀ ਹੋ ਸਕਦੀ ਹੈ। ਬਾਕੀ ਜਿਹੜਾ ਤੁਸੀਂ ਮਿਲਕਿੰਗ ਹੈਗੀ ਆ ਪੀਕ ਲੈਵਲ ਆ 13+ ਹੀ ਚੱਲੇਗੀ, ਪੀਕ ਲੈਵਲ 13+ ਹੀ ਹੋਵੇਗਾ ਦੋਸਤੋ।
ਅਤੇ ਬਾਕੀ ਜਿਹੜਾ ਮੂੰਹ ਮੱਥਾ ਹੈਗਾ ਬੋਡੀ ਬਣਤਰ ਮੱਝ ਦੀ ਵੱਡੀ ਹੈਗੀ ਆ। ਕੱਦ ਕਾਠ ਵੀ ਬਿਲਕੁਲ ਵਧੀਆ ਚੰਗਾ ਕੱਦ ਕਾਠ ਹੈਗਾ, ਮੱਝਾਂ ਦੇ ਵਿੱਚ ਪੂਰਾ ਵੱਡਾ ਕੱਦ ਕਾਠ ਜਿਵੇਂ ਆਉਂਦਾ ਹੈਗਾ ਉਵੇਂ ਕੱਦ ਕਾਠ ਦੀ ਹੈਗੀ। ਬਾਲੀ ਮੈਂ ਛੋਟੀ ਵੀ ਨਹੀਂ ਕਹੂੰਗਾ, ਬਿਲਕੁਲ ਮੀਡੀਅਮ ਹਾਈਟ ਤੋਂ ਥੋੜ੍ਹੀ ਜਿਹੀ ਪਲੱਸ ਤੁਸੀਂ ਮੰਨ ਕੇ ਇਹ ਜਿਹੜੀ ਮੱਝ ਲੈ ਕੇ ਜਾ ਸਕਦੇ ਜੀ। ਬਾਕੀ ਮੈਂ ਥਣਾਂ ਦੀ ਕੁਆਲਿਟੀ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਦੇਣੀ ਹੈਗੀ ਹੈ, ਅਤੇ ਵਿੱਥਾਂ ਵਿਰਲਾਂ ਜਿਹੜੀਆਂ ਹੈਗੀਆਂ ਉਹ ਵੀ ਤੁਸੀਂ ਜ਼ਰੂਰ ਵੇਖ ਲਓ। ਆਹ ਲਓ ਜੀ, ਹੁਣ ਜਿਹੜਾ ਸਮਾਂ ਹੈਗਾ ਦੋਸਤੋ ਤਕਰੀਬਨ 1:30 ਤੋਂ 2 ਵਜੇ ਦਾ ਦੁਪਹਿਰ ਦਾ ਜਿਹੜਾ ਸਮਾਂ ਹੈਗਾ। ਬਾਕੀ ਜਿਹੜਾ ਚਵਾ ਹੈਗਾ ਵੀਰ ਹੁਣੀ, ਬਾਈ ਜੀ ਕਿੰਨੇ ਵਜੇ ਚਵਾਈ ਕਰਦੇ ਜੀ? ਬਾਈ ਜੀ ਸ਼ਾਮ ਨੂੰ ਇਹ ਕਰਦੇ ਕੋਈ 5:30 ਵਜੇ। 5:30 ਵਜੇ ਜਿਹੜੀ ਦੋਸਤੋ ਚਵਾਈ ਹੁੰਦੀ ਆ। ਆਰਡਰ ਦੀ ਕੁਆਲਿਟੀ ਵੇਖੋ ਦੋਸਤੋ, ਜਿੰਨਾ ਲੇਵਾ ਅੱਗੇ ਹੈਗਾ ਬਣਿਆ ਉਹਨਾਂ ਹੀ ਦੋਸਤੋ ਪਿੱਛੇ ਨੂੰ ਇਹਨੇ ਜਦੋਂ ਹਵਾਨਾ ਭਰਦੀ ਆ ਸ਼ਾਮ ਨੂੰ ਉਹਨਾਂ ਹੀ ਤੁਹਾਨੂੰ ਪਿੱਛੇ ਵੇਖਣ ਦੇ ਵਿੱਚ ਮਿਲੇਗਾ। ਆ ਲਓ, ਆ ਲਓ। ਬਾਕੀ ਓਵਰਆਲ ਜੇਕਰ ਇਸ ਮੱਝ ਦੀ ਮੈਂ ਗੱਲ ਕਰਾਂ ਤਾਂ ਬਹੁਤ ਖੂਬਸੂਰਤ ਲੱਗ ਰਹੀ ਆ, ਅਤੇ ਥੋੜ੍ਹਾ ਜਿਹਾ ਵੀਰ ਜੀ ਜਿਵੇਂ ਓਪਰੇ ਕਰਕੇ ਮੈਨੂੰ ਘੂਰਦੀ ਆ, ਓਪਰੇ ਕਰਕੇ ਠੀਕ ਆ। ਇੱਕ ਵੀਰ ਜੀ ਚਵਾਈ ਬਾਰੇ ਸਾਨੂੰ ਜ਼ਰੂਰ ਦੱਸੋ ਵੀ ਚਵਾਈ ਕਿੱਦਾਂ ਦੀ ਲੱਗੀ ਹੈ। ਚਵਾਈ ਤਾਂ ਇੱਕ ਨੰਬਰ ਆ, ਜਿਵੇਂ ਨਾ ਰੂਆਂ ਜੀ ਮਾਰ ਕੇ ਥਾਲੇ ਦੇ ਜਮਾਂ ਹੀ ਫੁੱਲੇ ਪਏ ਆ। ਅੱਛਾ ਜੀ, ਬਿਲਕੁਲ ਨਰਮ ਚਵਾਈ ਦੀ ਆ। ਅੱਛਾ ਜੀ, ਮਤਲਬ ਕੋਈ ਲੇਡੀਜ਼ ਵੀ ਚਵਾਈ ਬੜੀ ਆਰਾਮ ਨਾਲ ਕਰ ਸਕਦੀ ਹੈ। ਵਾਈਫ ਵੀ ਚਾਹੁੰਦੀ ਹੈ ਜੀ ਮੈਂ ਤਾਂ ਚਾਹੁੰਦਾ ਨਹੀਂ ਮੈਂ ਤਾਂ ਜੌਬ ਕਰਦਾ। ਠੀਕ ਆ, ਇਹੀ ਮਤਲਬ ਉਹੀ ਕਰਦੇ ਆ। ਠੀਕ ਆ। ਸੋ ਦੋਸਤੋ ਵੀਰ ਗੁਰਮੀਤ ਸਿੰਘ ਉਹਨਾਂ ਦੱਸਿਆ ਵੀ ਚਵਾਈ ਬਹੁਤ ਵਧੀਆ ਲੱਗੀ ਹੈਗੀ ਆ, ਰੂੰ ਵਰਗੀ ਜਿਹੜੀ ਚਵਾਈ ਪੋਲੀ ਹੈਗੀ ਧਾਰ ਦੀ ਬਹੁਤ ਵਧੀਆ ਹੈਗੀ ਹੈ। ਜਦੋਂ ਤੁਸੀਂ ਚਵਾਈ ਕਰੋਗੇ ਦੋਸਤੋ ਤੁਹਾਨੂੰ ਆਪ ਜਿਹੜੀ ਨੋਰਮਲੀ ਇਹ ਪਤਾ ਲੱਗ ਜਾਣੀ ਹੈ ਗੱਲਬਾਤ। ਨੋਰਮਲੀ ਜਿਹੜੀ ਦੋਸਤੋ ਪਸਮਾ ਤੋਂ ਬਾਅਦ ਦੁੱਧ ਦਾ ਜਿਹੜਾ ਚਵਾ ਹੈਗਾ ਉਹ ਆਟੋਮੈਟਿਕ ਆਪ ਵੀ ਜਿਵੇਂ ਵਗਣ ਵਾਲੀ ਗੱਲ ਹੋ ਜਾਂਦੀ ਆ, ਇੱਦਾਂ ਦੀ ਚਵਾਈ ਲੱਗੀ ਹੈਗੀ ਆ। ਆਹ ਲਓ, ਮੋਟੀ ਵੇਣ ਜਿਹੜੀ ਆ ਦੁੱਧ ਵਾਲੀ ਉਹ ਵੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ। ਸੋ ਚੰਗੀ ਚਵਾਈ ਕਰਾਉਣ ਦੀ ਇਸ ਤੋਂ ਆਸ ਕੀਤੀ ਜਾਂਦੀ ਹੈ। ਤਕਰੀਬਨ ਜਿੱਦਾਂ ਵੀਰ ਹੁਣ ਦੱਸਦਾ ਵੀ 13+ ਜਿਹੜੀ ਪੀਕ ਲੈਵਲ ਜਿਹੜਾ ਹੈਗਾ 13+ ਦੀ ਚਵਾਈ ਇਸਨੇ ਆਰਾਮ ਨਾਲ ਦੋਸਤੋ ਕਰਵਾ ਦੇਣੀ ਆ। ਸੋ ਵੱਡੀ ਮੱਝ ਆ, ਬਿਲਕੁਲ ਜ਼ੋਰ ਦੇ ਵਿੱਚ ਆ, ਅਤੇ ਮੈਂ ਵੀਰ ਨੂੰ ਕਹੂੰਗਾ ਇਹਨੂੰ ਖੋਲ੍ਹ ਕੇ ਤੋਰ ਕੇ ਇਹਨੂੰ ਵਿਖਾ ਦਈਏ ਆਪਾਂ। ਆਹ ਲਓ ਜੀ, ਆਹ ਲਓ ਦੋਸਤੋ, ਵੱਡੀ ਮੱਝ ਆ ਦੋਸਤੋ, ਤਕਰੀਬਨ ਬੂਰੀ ਮੱਝ ਹੈਗੀ ਦੋਸਤੋ। ਆਰਡਰ ਦੀ ਕੁਆਲਿਟੀ ਬਹੁਤ ਖੁੱਲ੍ਹੀ ਹੈਗੀ ਆ। ਆਹ ਲਓ ਜੀ, ਵੱਡੀ ਖੁੱਲ੍ਹੇ ਪਿੰਡੇ ਦੀ ਜਿਹੜੀ ਦੋਸਤੋ ਇਹ ਮੱਝ ਹੈਗੀ ਆ। ਆਰਡਰ ਦੀ ਕੁਆਲਿਟੀ ਤੁਹਾਨੂੰ ਬਿਲਕੁਲ ਨਜ਼ਰ ਆ ਰਹੀ ਹੋਵੇਗੀ ਵੀਡੀਓ ਦੇ ਵਿੱਚ। ਬਾਕੀ ਜਿਹੜਾ ਸ਼ਾਮ ਦਾ ਵੇਲਾ ਦੋਸਤੋ ਜਦੋਂ 5-6 ਵਜੇ ਚਵਾਈ ਹੁੰਦੀ ਆ ਉਦੋਂ ਜਿਹੜਾ ਲੇਵਾ ਦੋਸਤੋ ਵੱਡਾ ਖੁੱਲ੍ਹਾ ਜਿਹੜਾ ਬਣਾ ਕੇ ਭਾਂਡਾ ਤਿਆਰ ਕਰ ਲੈਂਦੀ ਆ, ਕਿਉਂਕਿ ਹਜੇ ਜਿਹੜਾ ਸਮਾਂ ਹੈਗਾ 3-4 ਘੰਟੇ ਦਾ ਜਿਹੜਾ ਸਮਾਂ ਦੋਸਤੋ ਚਵਾਈ ਦੇ ਵਿੱਚ ਨੋਰਮਲੀ ਹਜੇ ਪਿਆ ਹੈਗਾ। ਅਤੇ ਮੈਂ ਜਿਹੜਾ ਦੋਸਤੋ ਰੇਟ ਹੈਗਾ ਇਸ ਮੱਝ ਦਾ ਲੈਣ ਦੀ ਆ ਮੱਝ, ਕਿਉਂਕਿ ਬੂਰੀਆਂ ਵੀ ਬਹੁਤ ਹੈਗੀਆਂ ਨੇ ਮੱਝਾਂ, ਬੂਰੀਆਂ ਨੀਲੀ ਦਾ ਵੀ ਆ ਜਾਂਦੀਆਂ ਨੇ, ਅਤੇ ਤਿਲਾਂ ਵਾਲੀ ਜਿਹੜੀ ਹੈਗੀ ਦੋਸਤੋ ਕਾਲੇ ਬਿਲਕੁਲ ਤਿਲ ਹੁੰਦੇ ਆ ਬੂਰੀ ਮੱਝ ਦੇ ਵਿੱਚ, ਉਹ ਜਿਹੜੀ ਕੁਆਲਿਟੀ ਆ ਉਹ ਵੀ ਹੈਗੀ ਆ। ਗੁਰਮੀਤ ਜੀ ਆ ਜਾਓ ਵੀਰ ਜੀ। ਇੱਕ ਵੀਰ ਜੀ ਆਪਣੇ ਕੋਲ ਜਿਹੜੀ ਮੱਝ ਸੀਗੀ ਘਰੇਲੂ ਘਰੇ ਰੱਖੀ ਹੋਈ ਮੱਝ ਸੀ ਜਿਹੜੀ ਹਜੇ ਸੂਣ ਦੇ ਵਿੱਚ ਸਮਾਂ ਲੈਂਦੀ ਸੀ, ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਵੀਰਾਂ ਨੂੰ ਕਰ ਦਈਏ ਬਿਆਨ ਵੀ। ਉਹ ਮੱਝ ਇਹ ਆ ਜੀ, ਇਹ ਮੱਝ ਆ ਜੀ, ਇਹ ਤੀਜਾ ਸੂਬਾ ਸੂਣਾ ਹੈ, ਅਤੇ ਇਹਦਾ ਵੀਰ ਜੀ ਕਿੰਨਾ ਕੁ ਸਮਾਂ ਹਜੇ ਪਿਆ ਸੂਣ ਦੇ ਵਿੱਚ? ਅੱਛਾ ਜੀ, 1 ਮਹੀਨੇ ਤੋਂ ਉੱਪਰ ਲੱਗੇ। ਇਹ ਬਾਈ ਜੀ ਨੀਲੀ ਦਾ ਪੱਖ ਰੱਖਦੀ ਹੈ ਨਾ? ਹਾਂ, ਪਾਕਿਸਤਾਨੀ ਨੀਲੀ ਆ। ਤੇ ਆਈ ਵੀ ਆਪਣੇ ਕੋਲੋਂ ਵੀਰ ਜੀ, ਪਾਸਿਓਂ ਆਈ ਸੀ ਜਾਂ ਆਪਣੇ? ਨਹੀਂ, ਇਹ ਬਾਈ ਜੀ ਖਾਲੜੇ ਵਾਲੀ ਸਾਈਡ ਤੋਂ ਲਿਆਂਦੀ। ਖਾਲੜੇ ਵਾਲੀ ਬਾਰਡਰ ਸਾਈਡ ਤੋਂ ਦੋਸਤੋ, ਬਾਰਡਰ ਸਾਈਡ ਤੋਂ ਦੋਸਤੋ ਜਿਹੜੀ ਇਹ ਪਹਿਲੇ ਸੂਬੇ ਬਾਈ ਹੋਰੀ ਲੈ ਕੇ ਆਏ ਸੀਗੇ, ਤੇ ਸੂਬੇ ਤਕਰੀਬਨ 1-2 ਬਾਈ ਹੋਰਾਂ ਚੋਏ ਹੈਗੇ ਆ, ਤੇ ਬਾਕੀ ਤੁਸੀਂ ਜਿਹੜੇ ਨਿਸ਼ਾਨ ਹੈਗੇ ਆ ਪ੍ਰੋਪਰ ਜ਼ਰੂਰ ਦੇਖ ਲਵੋ। ਮਗਰਲੇ ਪੈਰ ਦੋਸਤੋ ਵੇਖੋ 6-6 ਇੰਚ ਜਿਹੜੇ ਵਾਈਟ ਹੈਗੇ ਆ,
ਥਣਾਂ ਦੀ ਕੁਆਲਿਟੀ ਬਹੁਤ ਵਧੀਆ, ਆਰਡਰ ਬਹੁਤ ਵੱਡਾ ਬਣਾ ਕੇ ਤਿਆਰ ਕਰਦੀ। ਹਜੇ ਸਮਾਂ ਹਾਲਾਂਕਿ ਹਜੇ ਘੱਟੋ ਘੱਟ ਮਹੀਨਾ ਪਿਆ ਹੈਗਾ ਸੂਣ ਦੇ ਵਿੱਚ। ਵੱਡੀ ਮੱਝ ਆ ਦੋਸਤੋ, ਬਹੁਤ ਵੱਡਾ ਕੱਦਕਾਠ ਆ, ਵਜ਼ਨ ਵੀ ਤਕਰੀਬਨ ਬਹੁਤ ਆ ਵੱਡੇ ਕੱਦਕਾਠ ਦੇ ਵਿੱਚ ਦੋਸਤੋ। ਇਹ ਮੱਝ ਹੈਗੀ ਬਾਈ ਗੁਰਮੀਤ ਸਿੰਘ ਹੋਣਾ ਕੋਲ, ਸੋ ਹਜੇ ਮਹੀਨਾ ਕੱਚੀ ਆ। ਸੋ ਬਾਕੀ ਜਿਹੜਾ ਵੀਰ ਖਰੀਦਣੀ ਚਾਹੁੰਦੇ ਹੋਣ, ਅੱਜ ਤਕਰੀਬਨ ਜੋ ਦੋਸਤੋ ਰੇਟ ਹੈਗਾ ਉਹ ਬਾਈ ਹੁਣੀ ਫੋਨ 'ਤੇ ਕਰਨਗੇ, ਉਹ ਫੋਨ 'ਤੇ ਕਰਨਗੇ ਕਿਉਂਕਿ ਹਜੇ ਤਿਆਰ ਨਹੀਂ ਹੈਗੀ ਗੀ। ਜਦੋਂ ਤਿਆਰ ਹੋਈ ਮੌਕੇ 'ਤੇ ਬਿਲਕੁਲ ਜੇ ਘਰ ਖੜ੍ਹੀ ਰਹਿੰਦੀ ਆ ਅਤੇ ਉਹ ਆਪਾਂ ਮੌਕੇ 'ਤੇ ਜਿਹੜਾ ਰੇਟ ਹੋਇਆ ਦੋਸਤੋ ਉਹ ਕਿਸੇ ਟਾਈਮ ਜਿਹੜੀ ਅੱਗੇ ਵੀਡੀਓ ਪਾ ਕੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਜਿਹੜਾ ਹੁਣ ਮੌਕੇ 'ਤੇ ਤੁਸੀਂ ਖਰੀਦਣੀ ਚਾਹੁੰਦੇ ਹੋਵੋ, ਤੁਸੀਂ ਬਾਈ ਗੁਰਮੀਤ ਸਿੰਘ ਹੋਣਾ ਦੇ ਜਿਹੜੇ ਨੰਬਰ 'ਤੇ ਜ਼ਰੂਰ ਸੰਪਰਕ ਕਰ ਸਕਦੇ ਜੀ। ਆਹ ਵੇਖੋ ਦੋਸਤੋ, ਹਜੇ ਤਕਰੀਬਨ ਮਹੀਨਾ ਸਮਾਂ ਪਿਆ ਅਤੇ ਬਾਕੀ ਬਾਈ ਜੀ ਭਰਨਾ ਭੁਰਨਾ ਨੇੜੇ ਸ਼ੁਰੂ ਕਰ ਦੀ ਜਾਂ ਬਾਈ ਜੀ ਜਦੋਂ 10 ਦਿਨ ਇਹਦੇ ਰਹਿ ਗਏ ਨਾ, ਹਾਂਜੀ ਫਿਰ ਬਾਈ ਜੀ ਦਾ ਮਤਲਬ ਕਿ ਪੂਰਾ ਰਿਕਾਰਡ ਹੀ ਤੋੜ ਦਿੰਦੀ ਆ। ਠੀਕ ਆ, ਮਤਲਬ ਐਤਕੀ ਤਾਂ ਬਾਈ ਜੀ ਵਾਵਾ ਬਣਾਉਂਦੇ। ਠੀਕ ਆ, ਅਤੇ ਚੁਆਈ ਵੀ ਵੀਰ ਜੀ ਇਹਦੀ ਬਿਲਕੁਲ ਚੰਗੀ ਲੱਗੀ ਇਹਨੂੰ, ਬਿਲਕੁਲ ਜੀ ਬਿਲਕੁਲ ਨਰਮ ਜੀ ਨਰਮ ਚੁਆਈ ਹੈ। ਸੋ ਬਿਲਕੁਲ ਦੋਸਤੋ, ਨੀਲੀ ਦਾ ਪੱਖ ਦੋਸਤੋ, ਨੀਲੀ ਦੀ ਜਿਹੜੀ ਬਾਰਡਰ ਬਰੀਡ ਹੈ ਇਸ ਵਿੱਚ ਝਲਕ ਮਾਰਦੀ ਹੈਗੀ ਆ, ਉਹ ਤੁਸੀਂ ਜ਼ਰੂਰ ਵੇਖ ਸਕਦੇ ਜੀ। ਬਿਲਕੁਲ ਗੁਲਾਬੀ ਜਿਹੜੀ ਜਵਾਨ ਹੈਗੀ ਆ, ਜਿਹੜੀ ਜੀਭ ਹੈਗੀ ਆ ਗੁਲਾਬੀ ਆ ਦੋਸਤੋ। ਆਹ ਵੇਖੋ ਪੂਛ ਜਿਹੜੀ ਐਨ ਬਿਲਕੁਲ ਧਰਤੀ ਨਾਲ ਟੱਚ ਹੁੰਦੀ ਆ ਦੋਸਤੋ। ਆਹ ਲਓ, ਅੱਛਾ ਵੀਰ ਗੁਰਮੀਤ ਜੀ ਹੁਣ ਬਿਲਕੁਲ ਦੁੱਧ ਤਾਂ ਡਰਾਈ ਹੈ ਨਾ ਕਾਫੀ ਕੀਤੀ, ਕਿੰਨੇ ਕੁ ਸਮੇਂ ਦੀ ਡਰਾਈ ਕੀਤੀ ਸੀ ਜੀ? ਤਿੰਨ ਮਹੀਨੇ ਹੋ ਗਏ ਡਰਾਈ ਕੀਤੀ। ਸੋ ਦੋਸਤੋ ਬਾਕੀ ਬਿਲਕੁਲ ਜਿਹੜਾ ਸਟਰਕਚਰ ਹੈਗਾ ਬਹੁਤ ਵੱਡਾ, ਬੇਨ ਜਿਹੜੀਆਂ ਹੈਗੀਆਂ ਨੇ ਆ ਸਰੀਰਕ ਬੇਨ ਜਿਹੜੀ ਆ ਦੋਸਤੋ ਬਹੁਤ ਉਭਰੀ ਹੋਈ ਨਜ਼ਰ ਆ ਰਹੀ ਹੈ ਪਿੰਡੇ ਦੇ ਉੱਪਰ, ਅਤੇ ਸਫਾਈ ਬਿਲਕੁਲ ਚਮਕਦਾਰ ਹੈਗੀ ਆ ਬਰੀਕ ਸਕਿਨ ਆ। ਅਤੇ ਰੇਟ ਜਿਹੜਾ ਦੋਸਤੋ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਇਸ ਝੋਟੀ ਦਾ, ਇਸ ਮੱਝ ਦਾ ਫੋਨ 'ਤੇ ਕੀਤਾ ਜਾਵੇਗਾ। ਜੇਕਰ ਤੁਹਾਨੂੰ ਅੱਜ ਪਸੰਦ ਆਉਂਦੀ ਹੈ ਤੁਸੀਂ ਬਾਈ ਦੇ ਕੰਟੈਕਟ ਨੰਬਰ ਮੈਂ ਵਿੱਚੇ ਚੱਲਦੇ ਕਰ ਦੇਣੇ ਆ। ਅਤੇ ਕੱਚੀ ਦਾ ਜਿਹੜਾ ਹੁਣ ਚਾਹ ਬਣ ਹੈਗਾ ਵੀਰ, ਥੋੜ੍ਹਾ ਰੇਟ ਦੋਸਤੋ 19-21 ਹੋ ਸਕਦੀ ਅੱਜ ਦੇ ਸਮੇਂ 'ਚ, ਬਾਕੀ ਜਦੋਂ ਬਿਲਕੁਲ ਤਿਆਰ ਹੋਈ ਜਿਹੜਾ ਰੇਟ ਹੋਊਗਾ ਦੋਸਤੋ ਉਹ ਬਿਲਕੁਲ ਇਸ ਤੋਂ ਹਟਵਾਂ ਹੋਵੇਗਾ, ਹੋਰ ਹੋਵੇਗਾ, ਹਜੇ ਮਹੀਨਾ ਸਾਂਭਣੀ ਪੈਣੀ ਹੈ। ਸੋ ਇਹ ਸਨ ਦੋਸਤੋ ਬਾਈ ਹੋਰਾਂ ਦੇ ਕੋਲ ਐਨੀਮਲ, ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਦੋਸਤੋ ਮੈਂ ਵੀਡੀਓ ਦੇ ਵਿੱਚ ਜ਼ਿਕਰ ਕਰ ਦਿੱਤੀ ਆ। ਸੋ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਹੈ, ਇੱਕ ਤੁਹਾਨੂੰ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਮੈਂ ਝੋਟੀ ਵੀ ਦਿਖਾ ਦਿੱਤੀ ਆ, ਜੇਕਰ ਦੋਸਤੋ ਤੁਹਾਨੂੰ ਇਹ ਵੀ ਪਸੰਦ ਆਉਂਦੀ ਹੈ ਤੁਸੀਂ ਬੇਝਿਜਕ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਜੇ। ਰਹੀ ਗੱਲ ਮਾਨਤਾਨ ਦੀ ਦੋਸਤੋ, ਮਾਨਤਾਨ ਜਿੰਨਾ ਵੀ ਹੁੰਦਾ ਹੋਇਆ ਹੋ ਸਕਦਾ ਹੋਇਆ ਗੁੰਜਾਇਸ਼ ਹੋਈ ਉਹ ਹਰ ਇੱਕ ਪਸ਼ੂ ਦੇ ਵਿੱਚੋਂ ਜ਼ਰੂਰ ਕੱਢ ਦੇਣਗੇ। ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।